ਲੈ ਵੀ ਸੱਜਣੋ, ਅੱਜ ਦੀ ਵੀਡੀਓ ਕਿਸਾਨਾਂ ਲਈ ਬਹੁਤ ਜਾਣਕਾਰੀ ਵਾਲੀ ਆ। ਰਾਜਸਥਾਨ ਦੇ ਅਨੂਪਗੜ੍ਹ ਜ਼ਿਲ੍ਹੇ ਦੇ ਉਸ ਥਾਂ 'ਤੇ ਆ ਜਿੱਥੋਂ ਨਿਕਲਦਾ GSP ਦਾ ਬਹੁਤ ਕਮਾਲ ਦਾ ਜਿਪਸਮ, ਅਤੇ ਤੁਹਾਡੀਆਂ ਜੋੜ ਦੇਣੀਆਂ ਅੱਜ ਸਿੱਧੀਆਂ ਭਾਖੜੇ ਦੇ ਨਾਲ ਤਾਰਾਂ ਸੱਜਣੋ, ਬਹੁਤ ਜਾਇਜ਼ ਰੇਟ 'ਤੇ ਤੁਹਾਡੇ ਘਰਾਂ ਦੇ ਵਿੱਚ ਹੀ ਪਹੁੰਚ ਸਕਦਾ। ਅਤੇ ਨਾਲ ਦੀ ਨਾਲ ਹੀ ਗੱਲ ਕਰਾਂਗੇ ਇਹਦੇ ਵਿੱਚ ਜਿਹੜੇ ਪਾਏ ਜਾਂਦੇ ਆ ਤੱਤ ਸੱਜਣੋ, ਕਿ ਇਹਦੇ ਵਿੱਚ ਕਿਹੜੇ ਕਿਹੜੇ ਤੱਤ ਪਾਏ ਜਾਂਦੇ ਆ, ਕਿਵੇਂ ਨਿਕਲਦੀ ਆ, ਕਿੰਨੇ ਚਿਰ ਦਾ ਪ੍ਰੋਸੈਸ ਆ, ਨਾਲ ਆਪਾਂ ਇਹ ਵੀ ਸਮਝਾਂਗੇ ਸੱਜਣੋ। ਅਤੇ ਨਾਲ ਦੀ ਨਾਲ ਨੰਬਰ ਤੁਹਾਡੀ ਸਕਰੀਨ 'ਤੇ ਆ, ਸਿੱਧਾ ਕੰਪਨੀ ਦਾ ਨੰਬਰ ਆ, ਹੋਲਸੇਲ ਰੇਟ 'ਤੇ ਤੁਸੀਂ ਚੱਕ ਸਕਦੇ ਆ ਸੱਜਣੋ। ਆਪਾਂ ਮਾਲਕਾਂ ਦੇ ਨਾਲ ਮੁਲਾਕਾਤ ਕਰਦੇ ਹਾਂ ਅਤੇ ਨਾਲੇ ਬਹੁਤ ਸਾਰੀ ਜਿਪਸਮ ਬਾਰੇ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰਦੇ ਹਾਂ ਸੱਜਣੋ। ਵੀਡੀਓ ਸ਼ੇਅਰ ਕਰ ਦਿਓ। ਅਤੇ ਦੂਜਾ ਫਰਕ ਬਾਹਣ ਨੂੰ ਬੁਹਾਈ 'ਚ ਫਰਕ ਪੈਂਦਾ ਇਹਦੇ ਨਾਲ? ਬਿਲਕੁਲ ਜੀ, ਬਾਹਣ ਦਾ ਯਾਨੀ ਬੁਹਾਈ 'ਚ ਤਾਂ ਹੁਣ ਤੁਸੀਂ ਐਂ ਲੈ ਲਓ ਵੀ 265 ਟਰੈਕਟਰ ਹੈ, ਹਾਂ 9 ਹਲ ਨਹੀਂ ਖਿੱਚਦਾ ਗਾ, ਹਾਂ ਅਗਲੇ ਸੀਜ਼ਨ ਉਹੀ 11 ਹਲ ਖਿੱਚੂਗਾ। ਅੱਛਾ, ਜਿਹੋ ਜਿਹਾ ਜੱਗੇ ਬੋਸ ਤੋਂ ਟਰਬੋ ਲਵਾ ਲਿਆ, ਜਿਹੋ ਜਿਹੇ ਚਾਰ ਘੱਟੇ ਪਾ ਲਏ ਕਿੱਲੇ 'ਚ। ਇੱਕ ਵੀਰੇ ਉਹ ਗੱਲ ਦੱਸਿਓ ਵੀ ਜੇ ਪਾਣੀ ਖੜਾ ਹੋਵੇ, ਰੇਜ ਵਾਲਾ ਏਰੀਆ ਹੋਵੇ। ਬਾਈ ਜੀ, ਜਿਵੇਂ ਸੇਮ ਵਾਲਾ ਆਪਣੇ ਬਹੁਤ ਵੱਡੀ ਸਮੱਸਿਆ ਬੋਰ ਇਲਾਕੇ 'ਚ, ਹਾਂ ਉੱਥੇ ਆਪਣੇ ਪ੍ਰੈਕਟੀਕਲ ਕਰਕੇ ਦੇਖ ਲਿਓ, ਜਿਵੇਂ ਕਿੱਲੇ 'ਚ ਫੁੱਟ ਫੁੱਟ ਪਾਣੀ ਠੱਲ ਗਏ ਤੁਸੀਂ, ਇੱਥੇ 6-7 ਗੱਟੇ ਪਾਓਗੇ ਤੜਕੇ ਨੂੰ, ਮਤਲਬ ਉਹ ਪਾਣੀ ਸੋਕਿਆ ਲੱਭੂਗਾ। ਤਾਂ ਤੇ ਆਹ 70% ਕੁਆਲਿਟੀ ਆਊਗੀ ਆਪਣੀ ਆਹ ਮਾਲ ਦੀ, ਇਹਦੀ ਇਹ ਆਮ ਖਤਮ ਹੋ ਗਈ। ਆਪਾਂ ਲੇਅਰ ਤਾਂ ਹੀ ਮਾਲ ਚੱਕਣਾ, ਆਹ ਮਿੱਟੀ ਆ ਜਿਹੜੀ ਆਪਾਂ ਹਟਾ ਦੇਣੀ ਆ ਪਾਸੇ, ਆਹ ਲੇਅਰ 'ਚ ਹੀ ਆਪਾਂ ਮਾਲ ਹੀ ਚੱਕਣਾ ਬਸ। ਇਹ ਕੁਆਲਿਟੀ ਆਪਾਂ ਨੂੰ ਪਤਾ, ਸਿਸਟਮ ਨਹੀਂ ਹੁੰਦਾ। ਇਹ POP ਉਹੀ ਹੁੰਦੀ ਹੈ ਜਿਹੜੀ ਛੱਤਾਂ ਤੇ ਲੱਗਦੀ? ਹਾਂ ਹਾਂ ਹਾਂ, ਉਹੀ। ਅੱਛਾ, ਉਹ POP ਤੇ ਸੀਮੈਂਟ ਗ੍ਰੇਡ ਮਿਕਸ ਹੋ ਕੇ ਜਿਹੜੀ ਬਣਦੀ ਆ ਉਹ ਜਿਪਸਮ ਬਣਦੀ ਆ। ਹਾਂਜੀ, ਤੇ ਜੇ ਕੋਈ ਜੋ ਤੱਤ ਤੁਸੀਂ ਇਹਦੀ ਬੋਰੀ ਤੇ ਲਿਖੇ ਆ, ਕੋਈ ਬੰਦਾ ਜਾ ਕੇ ਯੂਨੀਵਰਸਿਟੀ 'ਚੋਂ ਸੈਂਪਲ ਲਿਆ ਕੇ ਚੈੱਕ ਕਰਾ ਸਕਦਾ? ਨਾ ਬਣਦਾ ਆਪਾਂ ਯਾਰ ਰਾਜਸਥਾਨ ਦੀ ਕਣਕ ਦੇ ਵਿੱਚ ਖੜੇ ਆ, ਤੇ ਆ ਇਧਰਲੇ ਪਾਸੇ ਯਾਰ ਸਰੋਂ ਆ ਬਾਈ। ਹਾਂਜੀ, ਸਹੀ ਗੱਲ ਦੱਸੀ ਯਾਰ। ਹਾਂਜੀ, ਇਹ ਜਿਪਸਮ ਪਾਉਣ ਤੋਂ ਪਹਿਲਾਂ ਵੀ ਐਵੇਂ ਫਸਲ ਹੁੰਦੀ ਸੀ? ਨਹੀਂ ਜੀ, ਪਹਿਲਾਂ ਇੱਕ ਕਿੱਲੇ ਦੇ ਵਿੱਚ 4-5 ਗੱਟੇ ਪਾਓ ਤੇ ਬਾਹਣ ਹੋ ਜਾਂਦਾ, ਮਤਲਬ ਐਂ ਗੋਤਰ ਗਾ ਪੋਲਾ, ਤੇ ਬਾਹਣ ਜੰਮਣ ਲੱਗ ਜਾਂਦਾ, ਮਤਲਬ ਇਹ ਤਾਂ ਹਿਸਾਬ ਜੇ ਦਾ ਰੇਟ ਹੀ ਹੁੰਦਾ, ਪਹੁੰਚ ਹੋ ਜਾਂਦੀ ਆ ਜੇ ਜਿੱਥੇ ਕਿਤੇ ਪਹੁੰਚ ਕਰਨੀ ਹੁੰਦੀ ਆ। ਪਰ ਅੱਜ ਆਪਣੇ ਕੋਲ ਉਹ ਮਾਲਕਾ ਖਾਨ ਦੇ ਜਿਪਸਮ ਦੀ ਦੇ ਰਾਜਸਥਾਨ ਦੇ ਵਿੱਚ ਆ, ਜਮਾਂ ਬੀਕਾਨੇਰ ਦੇ ਕਹਿ ਲਓ ਵੀ ਇੱਥੋਂ 125 ਕਿਲੋਮੀਟਰ ਆ ਅਨੂਪਗੜ੍ਹ ਜ਼ਿਲ੍ਹੇ ਦੇ ਵਿੱਚ ਖੜ੍ਹੇ ਹਾਂ। ਅਤੇ ਬਾਈ ਗੁਰਮੀਤ ਸਿੰਘ ਪਵਾਰ ਆ ਜਿਹੜੇ, ਉਹਨਾਂ ਦਾ ਇਹ ਉਹ ਮਾਲਕ ਆ ਇਸ ਖਾਨ ਦੇ, ਅਤੇ ਬਾਈ ਮੇਰੇ ਨਾਲ ਗੁਰਪ੍ਰੀਤ ਹੋਊਗਾ ਜਿਹੜਾ ਜਾਣਕਾਰੀ ਦੇਊਗਾ। ਇੱਧਰਲੇ ਪਾਸੇ ਮੇਰਾ ਮਿੱਤਰ ਆ ਜਗਮੀਤ ਸਿੰਘ ਧਾਲੀਵਾਲ ਲੋਪੋ ਵਾਲਾ ਸੱਜਣੋ, ਰਾਜਸਥਾਨ ਦੇ ਵਿੱਚ ਵਸਦਾ, ਬਹੁਤ ਚੰਗੀ ਬਹੁਮੁੱਲ ਜਾਣਕਾਰੀ ਰੱਖਦਾ ਮੇਰਾ ਪਿਆਰਾ ਸੱਜਣਾ। ਇਹਨੂੰ ਨਾਲ ਲੈ ਕੇ ਆਉਂਦਾ ਵੀ ਜਿੱਥੇ ਕਿਤੇ ਮੈਂ ਅੱਜ ਮਾੜਾ ਮੋਟਾ ਦਬਦਾ ਹੋਇਆ ਤਾਂ ਫਿਰ ਮੇਰੇ ਨਾਲ, ਜਾਣੀ ਦਾ ਆਹ ਰਾਜਸਥਾਨ ਦੀ ਵੋਟ ਆ, ਆਹ ਪੰਜਾਬ ਦੀ ਵੋਟ ਆ, ਆਹ ਪੰਜਾਬ ਅਤੇ ਰਾਜਸਥਾਨ ਦੀ ਸਾਂਝੀ ਵੋਟ ਆ, ਫਿਰ ਤਾਂ ਕਰਕੇ ਫਿਰ ਪੱਲੜਾ ਵਿਚਾਲੇ ਰਵੇ ਉਸ ਹਿਸਾਬ ਨਾਲ ਬੰਦਾ ਲਿਆਂਦਾ। ਨਾਲ ਆਪਾਂ ਅੱਜ ਬਾਈ ਗੁਰਪ੍ਰੀਤ ਤੋਂ ਜਾਣਕਾਰੀ ਲੈਂਦੇ ਹਾਂ। ਗੁਰਪ੍ਰੀਤ, ਹਾਂਜੀ ਬਾਈ, ਇਹ ਜਿਪਸਮ ਦੇ ਵਿੱਚ ਕੀ ਹੁੰਦਾ, ਕੀ ਆ, ਕੀ ਹੁੰਦਾ ਇਹਦੇ ਵਿੱਚ? ਬਾਈ, ਸਾਰਿਆਂ ਤੋਂ ਪਹਿਲਾਂ ਤਾਂ ਇਹਦਾ ਵਿਗਿਆਨਿਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਕੈਲਸ਼ੀਅਮ ਸਲਫੇਟ ਇਹਨੂੰ ਕਿਹਾ ਜਾਂਦਾ। ਅੱਛਾ, ਅਤੇ ਕੈਲਸ਼ੀਅਮ ਅਤੇ ਸਲਫਰ ਦੀ ਇਹਦੇ 'ਚ ਫੁੱਲ ਮਾਤਰਾ ਕੈਲਸ਼ੀਅਮ ਅਤੇ ਸਲਫਰ ਦੀ ਹੁੰਦੀ ਹੈ। ਅੱਛਾ, ਹਾਂਜੀ, ਅਤੇ ਆਪਾਂ ਜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਆਪਾਂ ਸਪੈਸ਼ਲ ਇਹਦਾ ਟੈਸਟ ਕਰਾਇਆ, ਉਹ ਟੈਸਟ ਦੇ ਵਿੱਚ ਇਹਦੇ 'ਚ ਹੋਰ ਵੀ ਐਲੀਮੈਂਟ ਆਇਆ ਜਿਵੇਂ ਮੈਗਨੀਸ਼ੀਅਮ ਹੋ ਗਿਆ, ਸਲਫਰ ਹੋ ਗਿਆ, ਬਰੋਨ ਹੋ ਗਿਆ, ਕਾਰਬਨ, ਅੱਡ ਅੱਡ ਸੂਕਸ਼ਮ ਤੱਤਵ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਅੱਡ ਅੱਡ ਆਏ ਆ ਇਹਦੇ 'ਚ। ਅੱਛਾ, ਇਹ ਆਏ ਟੋਟਲ 13 ਐਲੀਮੈਂਟ ਇਹਦੇ 'ਚ ਆਏ ਆ।
ਤੇ ਤੁਹਾਡੀ ਤਾਂ ਹੈਗੀ ਆ ਮਾਈਨ। ਹਾਂਜੀ ਤੁਸੀਂ ਤਾਂ ਡਾਇਰੈਕਟ ਮਤਲਬ ਵੱਡੇ ਹੋਲਸੇਲਰਾਂ ਨੂੰ ਸਪਲਾਈ ਕਰਦੇ ਆ। ਹਾਂਜੀ ਹਾਂਜੀ। ਜੇ ਕੋਈ ਕਿਸਾਨ ਤੁਹਾਡੇ ਤੋਂ ਲੈਣਾ ਚਾਹੇ, ਕਿਸਾਨ ਲੈਣਾ ਚਾਹੇ, ਆਪਾਂ 500 ਬੈਗ ਤੋਂ ਉੱਪਰ ਉੱਪਰ ਜਿਵੇਂ ਪਹੁੰਚ ਕਰ ਦਿਆਂਗੇ ਜੀ। ਕਿੰਨਾ ਕੁ ਫਰਕ ਪੈ ਜਾਂਦਾ ਵੀਰੇ? ਦੇਖੋ ਜਿਪਸਮ ਤਾਂ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੈਸੇ ਤਾਂ, ਪਰ ਫਿਰ ਵੀ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਫਰਕ? ਜਗਮੀਤ ਨੂੰ ਪੁੱਛ ਕੇ, ਜਗਮੀਤ ਤੂੰ ਸਾਂਝਾ ਬੰਦਾ, ਜਗਮੀਤ ਕੀ ਫਰਕ ਪੈਂਦਾ ਜੇ ਮੰਨ ਲਓ ਵੀ ਪਾ ਦੇ ਕੀ ਕਿਵੇਂ ਕਵੇਗਾ ਇਹਨੂੰ ਆਪਾਂ ਜੇ ਆਧਾਰਨ ਤੌਰ ਤੇ ਦੇਖੀਏ? ਬਾਣ ਚ ਪਾਉਣੀ ਆ। ਹਾਂ ਬਾਣ ਚ ਪਾਉਣੀ ਆ। ਬਾਣ ਚ ਪਾਉਣ ਦਾ ਇਹਦਾ ਫਾਇਦਾ ਵੀ ਕਿਤੇ ਪਾਣੀ ਮਾੜਾ ਟੂਬਲਾਂ ਦਾ, ਹਾਂ ਟੂਬਲਾਂ ਦਾ ਪਾਣੀ ਮਾੜਾ ਇਹ ਪਾਉਣ ਨਾਲ ਬਾਣ ਦੀ ਯਾਨੀ ਕਿ ਸੁਧਾਰ ਹੋ ਜਾਂਦਾ ਬਾਣ ਚ, ਜਿਹੜੇ ਜਰਮੀਨੇਸ਼ਨ ਹੁੰਦਾ ਬੀਜਾਂ ਦਾ ਕਈ ਵਾਰੀ ਖਾਰੇ ਪਾਣੀ ਲੱਗਦੇ ਆ ਟੂਬਲਾਂ ਦੇ, ਤਾਂ ਉੱਥੇ ਜਰਮੀਨੇਸ਼ਨ ਹੁਣ ਹਟ ਜਾਂਦੀਆਂ ਕਈ ਫਸਲਾਂ। ਇਹਦੀ ਆਪਾਂ ਜਦੋਂ ਇਹਦੀ ਵਰਤੋਂ ਕਰਾਂਗੇ ਤਾਂ ਉਦੋਂ ਜਰਮੀਨੇਸ਼ ਕੁਆਲਿਟੀ ਯਾਨੀ ਕਿ ਉਹ ਪਿਓਰ ਉਹ ਵੱਧ ਜਾਂਦੀ ਹੈ, ਜਿਵੇਂ ਜਰਮੀਨੇਸ਼ਨ ਵੱਧ ਜਾਂਦਾ। ਜਿਵੇਂ ਆਪਾਂ ਆਮ ਆਪਾਂ ਦੇਖਦੇ ਹਾਂ ਕਿ ਬਾਣ ਬੀ ਰੱਖ ਜਾਂਦਾ, ਹਾਂ ਬੀ ਰੱਖ ਜਾਂਦਾ, ਬੀ ਰੱਖਦਾ ਤੇ ਉਹ ਬੀ ਰੱਖਣੋਂ ਹਟ ਜਾਂਦਾ ਬਾਣ। ਜਿਵੇਂ ਮੰਨ ਕੇ ਚੱਲੋ ਕਈ ਵਾਰੀ ਆਪਾਂ ਕੀ ਕਰਦੇ ਹਾਂ ਵੀ ਕਣਕ ਬੀਜਦੇ ਹਾਂ, ਆਪਾਂ 55 ਕਿਲੋ ਬੀ ਪਾ ਕੇ ਬੀਜਦੇ ਤਾਂ ਵੀ ਬਿਰਲੀ ਜੀ ਹਰੀ ਹੁੰਦੀ ਆ, ਕਈ ਵਾਰੀ ਉੱਗਰ ਆਉਂਦੀ ਹੈ ਤਾਂ ਵੀ ਉਹ ਚੱਲਦੀ ਨਹੀਂ, ਜੜ ਗਰੋਥ ਨਹੀਂ ਕਰਦੀ, ਇਹਦੇ ਨਾਲ ਸਾਰਾ ਕੁਝ ਜੜ ਵੀ ਗਰੋਥ ਕਰੂਗੀ ਤੇ ਬੂਟਾ ਜੋ ਜੜ ਨੇ ਗਰੋਥ ਕਰ ਲਈ ਤਾਂ ਆਟੋਮੈਟਿਕ ਹੀ। ਕਿੰਨੇ ਕਿੰਨੇ ਸਾਲ ਗੁਰਪ੍ਰੀਤ ਇਹ ਕੰਮ ਕਰੂਗੀ? ਮੈਂ ਮੰਨ ਲਓ 5 ਗੱਟੇ ਪਾ ਲਏ ਕਿੱਲੇ 'ਚ, ਇਹ ਬਾਈ ਆਏ ਸੀਜ਼ਨ ਪਾਉਣੇ ਪੈਂਦੇ ਆ, ਚਾਰ ਪੰਜ ਗੱਟੇ ਆਏ ਵਾਰੀ ਪਾਉਣੇ ਪੈਣਗੇ। ਜੇ ਵਾਹਣ ਜ਼ਿਆਦਾ ਖਰਾਬ ਹੈ ਤਾਂ ਉਗਲਾਂ ਦੇ ਪਾਣੀ ਲੱਗਦੇ ਆ, ਸੋਰੇ ਵਾਲਾ ਵਾਹਣ ਆ ਜਿੱਥੇ ਉੱਥੇ ਆਏ ਵਾਰੀ ਪਾਉਣੇ ਪੈਣਗੇ, ਚਾਰ ਗੱਟੇ ਪੰਜ ਗੱਟੇ ਤੇ ਚਾਰ ਹਰੇਕ ਸੀਜ਼ਨ। ਚਾਰ ਗੱਟੇ, ਇੱਕ ਤਾਂ ਬੀਜ ਦਾ ਹਰਾ ਹੋਣ ਦਾ ਫਰਕ ਪੈ ਗਿਆ, ਹਾਂ, ਤੇ ਦੂਜਾ ਫਰਕ ਵਾਹਣ ਨੂੰ ਬੁਹਾਈ 'ਚ ਫਰਕ ਪੈਂਦਾ ਇਹਦੇ ਨਾਲ? ਬਿਲਕੁਲ ਜੀ, ਵਾਹਣ ਦਾ ਯਾਨੀ ਬੁਹਾਈ 'ਚ ਤਾਂ ਹੁਣ ਤੁਸੀਂ ਐਂ ਲੈ ਲਓ ਵੀ 265 ਟਰੈਕਟਰ ਹੈ, ਹਾਂ, 9 ਹਲ ਨਹੀਂ ਖਿੱਚਦਾ ਗਾ, ਹਾਂ, ਅਗਲੇ ਸੀਜ਼ਨ ਉਹੀ 11 ਹਲ ਖਿੱਚੂਗਾ। ਅੱਛਾ, ਜਿਹੋ ਜਿਹਾ ਜੱਗੇ ਬੋਸ ਤੋਂ ਟਰਬੋ ਲਵਾ ਲਿਆ, ਜਿਹੋ ਜਿਹੇ ਚਾਰ ਗੱਟੇ ਇਹ ਪਾ ਲਏ ਕਿੱਲੇ 'ਚ, ਇੱਕੋ ਬਰਾਬਰ ਹੋ ਗਿਆ ਕੰਮ, ਹੈ ਨਾ ਬਰੀ? ਤੋਂ ਇਹ ਕਿਵੇਂ ਨਿਕਲਦੀ ਆ ਬਾਈ? ਇਹ ਰਾਜਸਥਾਨ ਦੇ ਸਾਰੇ ਬਾਣਾਂ 'ਚੋਂ ਨਿਕਲਦੀ ਆ? ਕੁਛ ਬਾਣ ਹੀ ਹੁੰਦੇ ਆ, ਕੁਛ ਬਾਣ ਹੀ ਇਹੋ ਜਿਹੇ ਹੁੰਦੇ ਆ ਜਿਨ੍ਹਾਂ 'ਚੋਂ ਇਹ ਸਮਾਨ ਨਿਕਲਦਾ। ਇਹ ਨਿਕਲਦਾ, ਇਹ ਬਾਣ ਤੁਹਾਡਾ ਆਪਣਾ ਜਾਂ ਵੀਰੇ ਗੌਰਮੈਂਟ ਸਰਕਾਰ ਦੀ ਹੈ? ਇਹ ਗੌਰਮੈਂਟ ਦੀ ਲੀਜ਼ ਲੱਗਦੀ ਬਾਈ ਜੀ ਇਹਦੇ 'ਚ, ਖਰੀਦਿਆ ਵੇ ਆਪਣਾ, ਗੌਰਮੈਂਟ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਇਹਨਾਂ ਨੂੰ ਪੱਟਣ ਵਾਸਤੇ। ਬਈ ਮਾਈਨਿੰਗ ਦੀ ਤੁਹਾਡੇ ਕੋਲ ਪਰਮਿਸ਼ਨ ਹੈ, ਸਰਕਾਰੀ ਪਰਮਿਸ਼ਨ ਹੈ? ਉਸ ਤੋਂ ਬਾਅਦ ਵੀਰੇ ਨਿਕਲਦੀ ਆ ਇਹੋ ਜਿਹਾ ਨਿਕਲਦਾ? ਹਾਂਜੀ, ਉਹਦੇ ਵਿੱਚੋਂ, ਹਾਂਜੀ, ਆਹ ਪੱਟ ਕੇ JCB ਦੇ ਨਾਲ ਤੁਸੀਂ ਇੱਥੇ ਢੇਰ ਲਾਈ ਜਾਂਦੇ ਆ? ਹਾਂਜੀ, ਇਹ ਢੇਰ ਲਾਈ ਜਾਂਦੇ ਆ ਤੇ ਇਥੋਂ ਬਾਅਦ ਇਹ ਐਚ ਪਾਈ ਜਾਂਦੇ ਆ? ਹਾਂ, ਇਹਦੇ ਚ ਪਾ ਕੇ LNT ਆਪਣੇ ਕੋਲ ਮਸ਼ੀਨ ਹੈ ਜੀ, ਤੇ ਉਹਦੇ ਨਾਲ ਪਾ ਕੇ ਤੇ ਆਪਣਾ ਟਰੈਕਟਰ ਤੇ ਚੱਲਦੀ ਹੈ ਮਸ਼ੀਨ, ਇਹਨੂੰ ਮਤਲਬ ਪਾਊਡਰ ਬਣਾ ਕੇ ਗੱਟਿਆਂ 'ਚ ਪੈਕਿੰਗ ਹੁੰਦੀ ਹੈ। ਅੱਛਾ, ਉਹ ਇਥੋਂ ਐਂ ਕਰਕੇ ਪੀਸੀ ਜਾਂਦੀ ਆ, ਪੀਸ ਕੇ ਚੱਕੀ ਵਾਂਗੂ ਥੱਲੇ ਗੱਟੇ ਭਰੀ ਜਾਂਦੇ ਗੱਟੇ ਭਰੀ ਜਾਂਦੇ ਹਾਂਜੀ ਹਾਂਜੀ, ਤੇ 50-50 ਕਿਲੋ ਦਾ ਗੱਟਾ ਵਿਕੀ ਜਾਂਦਾ? ਹਾਂਜੀ ਹਾਂਜੀ, ਲੋਕ ਲਈ ਜਾਂਦੇ। ਹਾਂਜੀ, ਕਿੰਨੇ ਕਿਲੋ ਦਾ ਆਰਡਰ ਕਰੇ ਬਾਈ ਤੇਰੇ ਕੋਲ ਕੋਈ ਬੰਦਾ? ਆਰਡਰ ਘੱਟ ਤੋਂ ਘੱਟ 500 ਬੈਗ ਦਾ ਆਰਡਰ ਹੋਵੇ। 500 ਬੈਗ ਦਾ ਆਰਡਰ ਹੋਵੇ ਤੇ ਫਿਰ ਤਾਂ ਜ਼ਿਮੀਂਦਾਰ ਇਕੱਠੇ ਹੋ ਕੇ ਵੀ ਆਰਡਰ ਕਰ ਸਕਦੇ? ਪਿੰਡ 'ਚ ਜਿਵੇਂ ਇਕੱਠੇ ਹੋ ਜਾਣ ਤਾਂ 5-7 ਜ਼ਿਮੀਂਦਾਰ ਹੀ ਹੋ ਜਾਣ ਤਾਂ ਵੀ 1000 ਗੱਟਾ ਤਾਂ ਵੀ ਨੋਰਮਲ ਬਣ ਹੀ ਜਾਂਦਾ। 1 ਕਿੱਲੇ 'ਚ ਕਿੰਨੇ ਗੱਟੇ ਰਿਕਮੈਂਡ ਕਰਦੇ ਆ ਤੁਸੀਂ ਵੀ? ਜੇ ਵਾਹਣ ਜ਼ਿਆਦਾ ਖਰਾਬ ਹੈ ਤਾਂ 7 ਗੱਟੇ ਪਾਓ ਜਿਵੇਂ ਆਪਣੇ ਹਬੋਰ ਦਾ ਏਰੀਆ ਲਾ ਲਈਏ, ਫਾਜ਼ਿਲਕੇ ਦਾ ਏਰੀਆ ਲਾ ਲਏ ਤੇ ਵਾਹਣ ਜ਼ਿਆਦਾ ਖਰਾਬ ਹੈ, ਸੋਰੇ ਵਾਲੇ ਵਾਹਣ ਹੈ ਉੱਥੇ, ਤੇ ਉਹ ਵਾਹਣਾਂ 'ਚ ਤਾਂ 7 ਗੱਟੇ ਪਾਓ ਆਏ ਸੀਜ਼ਨ ਵੀ। ਜਿਵੇਂ ਜਿਵੇਂ ਆਪਣਾ ਵਾਹਣ ਸੁਧਾਰ ਹੋਈ ਆ ਉਹ ਐਵੇਂ ਘਟਾਈ ਜਾਓ ਉਹਨਾਂ। ਹਾਂ, ਉਵੇਂ ਜੇ ਜਿਹੜੇ ਵਾਹਣ ਸਾਡੇ ਵਰਗੇ ਦੇ ਚੰਗੀ ਆ ਉਹ ਭਾਵੇਂ 3-4 ਗੱਟੇ ਪਾਈ ਜਾਂਦੇ। ਹਾਂ ਚੰਗੇ ਵਾਹਣ ਹੈ ਜਿਵੇਂ ਉਹ 3 ਗੱਟੇ ਨੋਰਮਲ ਗੱਟੇ। ਜਿਪਸਮ ਦਾ ਵੈਸੇ ਕਿਸੇ ਜ਼ਿਮੀਂਦਾਰ ਬੰਦੇ ਨੂੰ ਵੈਸੇ ਦੱਸਣ ਦੀ ਲੋੜ ਨਹੀਂ, ਪਰ ਤੁਹਾਨੂੰ ਇੱਕ ਤਾਂ ਮੈਂ ਜਿਹੜੀ ਗੱਲ ਦੱਸਣ ਆਇਆ ਵੀ ਜਿਹੜੇ ਗੁਰਪ੍ਰੀਤ ਵਰਗੇ ਬੰਦੇ ਆ ਜਾਂ ਬਾਈ ਗੁਰਮੀਤ ਹੋਣੀ ਆ, ਇਹ ਬੰਦੇ ਆਪਣੇ ਘਰ ਦੇ ਆ, ਤਾਂ ਬੰਦੇ ਨੂੰ ਡਰ ਪਤਾ ਕਿਹੜੀ ਗੱਲ ਦਾ ਲੱਗਦਾ ਨਾ? ਰਾਜਸਥਾਨ ਬੰਦਾ ਬੈਠਾ ਯਾਰ, ਐਡਵਾਂਸ ਪੇਮੈਂਟ ਪੁਆਲੀ,
ਪਤਾ ਨਹੀਂ ਯਾਰ ਭੇਜੇ ਨਾ ਭੇਜੇ ਟਰੱਕ ਯਾਰ ਆਪਾਂ 1000 ਗੱਟੇ ਦਾ ਨਹੀਂ ਬਾਈ ਆਪਾਂ ਆਪਣਾ ਇਹ ਹੈ ਵੀ ਆਪਣਾ ਉੱਥੇ ਪਹੁੰਚ ਹੋ ਗਿਆ ਅਗਲੇ ਨੇ ਆਰਡਰ ਲਾਤਾ ਆਪਣਾ ਪਹੁੰਚ ਹੋ ਗਿਆ ਪਹੁੰਚ ਹੋਣ 'ਤੇ ਪੇਮੈਂਟ ਦੇ ਦਿਓ ਹਾਂ ਆਹੋ ਐਵੇਂ ਵੀ ਆ ਪਰ ਜੇ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਵੀ ਇਹ ਮੇਰੀ ਜ਼ਿੰਮੇਵਾਰੀ ਵਾਲੇ ਬੰਦੇ ਆ ਵੀ ਜੇ ਤੁਸੀਂ ਐਡਵਾਂਸ ਵੀ ਪੇਮੈਂਟ ਪਾ ਦਿੰਦੇ ਆ ਤਾਂ ਕੋਈ ਏਡੀ ਡਿੱਕੇ ਵਾਲੀ ਗੱਲ ਨਹੀਂ ਹਾਂਜੀ ਠੀਕ ਆ ਕਿ ਨਹੀਂ ਤੁਸੀਂ ਟਰੱਕ ਮੰਗਾਉਣਾ 2 ਟਰੱਕ ਮੰਗਾਉਣੇ ਆ ਤਾਂ ਕੋਈ ਡਿੱਕੇ ਵਾਲੀ ਗੱਲ ਨਹੀਂ ਅਤੇ ਜਿਹੜੇ ਬਾਈ ਇਹਦੇ 'ਚ ਵੱਡੇ ਡਲੇ ਜੇ ਨਿਕਲਦੇ ਉਹਨਾਂ ਦਾ ਕੀ ਕਰਦੇ ਆ ਬਾਈ ਇਹਦੇ ਵਿੱਚ ਹੀ ਪੀ ਕੇ ਆਪਾਂ ਗੱਟੇ ਪੈਕਿੰਗ ਕਰਦੇ ਇਹਨਾਂ ਦੀ ਉਹਨਾਂ ਦੀ ਵੀ ਕਰੀ ਜਾਂਦੇ ਹਾਂ ਹਾਂ ਅਤੇ ਇਹਦੇ ਵਿੱਚੋਂ ਬਾਈ ਜਿਹੜੀ ਜਿਹੜੀ ਆਪਾਂ ਇਹਦੇ ਵਿੱਚ ਹੋਰ ਵੀ ਪੀ ਓ ਪੀ ਵਗੈਰਾ ਹੋਰ ਮਿੱਟੀਆਂ ਵੀ ਨਿਕਲਦੀਆਂ ਇਹੋ ਜਿਹੀ ਮਿੱਟੀ ਦੇ ਵਿੱਚੋਂ ਇਹ ਵੀ ਖਾਂਦੇ ਇਹ 2 ਹੁੰਦੀਆਂ ਜੀ ਇੱਕ ਤਾਂ ਸੀਮੈਂਟ ਗ੍ਰੇਡ ਆ ਗਿਆ ਇੱਕ ਪੀ ਓ ਪੀ ਗ੍ਰੇਡ ਆ ਗਿਆ ਆਪਣਾ ਦੋਨਾਂ ਨੂੰ ਮਿਕਸ ਕਰਕੇ ਆਪਾਂ ਇਹ ਮਾਲ ਤਿਆਰ ਕਰਦੇ ਅੱਛਾ ਉਹ ਸੀਮੈਂਟ ਗ੍ਰੇਡ ਦਾ ਕੀ ਹਿਸਾਬ ਕਿਤਾਬ ਹੁੰਦਾ ਸੀਮੈਂਟ ਗ੍ਰੇਡ ਦਾ ਇਹ ਹੁੰਦਾ ਵੀ ਬਾਈ ਪਹਿਲਾਂ ਪੀ ਓ ਪੀ ਮਾਲ ਆ ਗਿਆ ਉਦੋਂ ਥੱਲੇ ਸੀਮੈਂਟ ਗ੍ਰੇਡ ਹੁੰਦਾ ਹਾਂ ਉਹ ਲੋਅ ਕੁਆਲਿਟੀ ਹੁੰਦੀ ਹੈ ਜਮਾਂ ਅੱਛਾ ਆਪਾਂ ਜਿਹਨੂੰ ਕਹਿ ਦਈਏ ਹਾਂ ਅਤੇ ਉਹ ਉਹ ਪੀ ਓ ਪੀ ਉਹਦੇ 'ਚ ਆਪਾਂ ਪੀ ਓ ਪੀ ਮਿਕਸ ਕਰਦੇ ਹਾਂ ਇਹਦੇ 'ਚ ਉਹ ਸਿਸਟਮ ਨਹੀਂ ਹੁੰਦਾ ਇਹ ਪੀ ਓ ਪੀ ਉਹੀ ਹੁੰਦੀ ਹੈ ਜਿਹੜੀ ਛੱਤਾਂ 'ਤੇ ਲੱਗਦੀ ਹਾਂ 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 ਉਹੀ ਉਹੀ ਅੱਛਾ ਉਹ ਪੀ ਓ ਪੀ ਅਤੇ ਸੀਮੈਂਟ ਗ੍ਰੇਡ ਮਿਕਸ ਹੋ ਕੇ ਜਿਹੜੀ ਬਣਦੀ ਆ ਉਹ ਜਿਪਸਮ ਬਣਦੀ ਹਾਂਜੀ ਅਤੇ ਜੇ ਕੋਈ ਜੇ ਜੋ ਤੱਤ ਤੁਸੀਂ ਇਹਦੀ ਬੋਰੀ 'ਤੇ ਲਿਖੇ ਆ ਕੋਈ ਬੰਦਾ ਜਾ ਕੇ ਯੂਨੀਵਰਸਿਟੀ 'ਚੋਂ ਸੈਂਪਲ ਲਿਆ ਕੇ ਚੈੱਕ ਕਰਾ ਸਕਦਾ ਚੈੱਕ ਕਰਾਵੇ ਆਪਾਂ ਤਾਂ ਇਹ ਕਹਿੰਦੇ ਵੀ ਪਾਉਣ ਤੋਂ ਪਹਿਲਾਂ ਅਗਲਾ ਜਾ ਕੇ ਚੈੱਕ ਕਰਾਵੇ ਆਹੋ ਵੀ ਅਗਲਾ ਕਿਤੇ ਐਵੇਂ ਅਗਲਾ ਇਹ ਨਾ ਕਵੇ ਵੀ ਲੋਪ ਵਾਲੇ ਤੋਂ ਮਸ਼ਹੂਰੀ ਕਰਾ ਕੇ ਮਿੱਟੂ ਕੋਈ ਵੇਚੀ ਜਾਂਦੇ ਆ ਤੁਹਾਨੂੰ ਆਪਾਂ ਰਿਪੋਰਟ ਦੇ ਦਿਆਂਗੇ ਆਪਾਂ ਵੀਡੀਓ ਦੇ ਵਿੱਚ ਲਾ ਸਕਦੇ ਹਾਂ ਵੀਡੀਓ 'ਚ ਆਪਾਂ ਰਿਪੋਰਟ ਹਾਂ ਵੀ ਰਿਪੋਰਟ ਆਪਾਂ ਵਿੱਚ ਵੀ ਲਾ ਦਿਆਂਗੇ ਬਾਕੀ ਕੋਈ ਵੀ ਬੰਦਾ ਬੋਰੀ ਦਾ ਸੈਂਪਲ ਆ ਜਿਹੜਾ ਭਰਾ ਲੈ ਜਿਵੇਂ ਜਿਹੜੀ ਜਿਹੜੀ ਮਰਜ਼ੀ ਦਾ ਉਹਨੂੰ ਸ਼ੱਕ ਹੈ ਵੀ ਇਹਦੇ 'ਚ ਮਿੱਟੀ ਆ ਗਈ ਜਾਂ ਤਾਂ ਉਹ ਹੋ ਗਿਆ ਆਪਾਂ ਚੈੱਕ ਕਰਾ ਸਕਦੇ ਕੋਈ ਠੀਕ ਆ ਅਤੇ ਗੁਰਪ੍ਰੀਤ ਜਿਹੜਾ ਆਹ ਰੇਤਾ ਇਹਦੇ ਉੱਤੇ ਆਹ ਰੇਤਾ ਹਾਂਜੀ ਤੇ ਇਹ ਫਿਰ ਵਿੱਚ ਨਹੀਂ ਰਲਦਾ ਇਹਦੇ ਨਹੀਂ ਬਾਈ ਇਹ ਪਾਸੇ ਚੱਕ ਦਿਆਂਗੇ ਆਪਣਾ ਹੁਣ ਦੇਖ ਲਓ ਤੁਸੀਂ ਆ ਚੱਕਿਆ ਪਿਆ ਰੇਤਾ ਹਾਂ ਆ ਪਾਸੇ ਚੱਕਿਆ ਜਾਊਗਾ ਰੇਤਾ ਤੇ ਆਹ 70% ਕੁਆਲਿਟੀ ਆਊਗੀ ਆਪਣੀ ਆ ਮਾਲ ਦੀ ਆਪਣੇ ਇਸ ਮਾਲ 'ਚ ਗਰੰਟੀ ਰਹੂਗੀ 70% ਮਾਲ ਰਹੂਗਾ ਮਤਲਬ ਚੈੱਕ ਕਰਾ ਲੇ ਹਾਂ ਚੈੱਕ ਕਰਾ ਤੇ ਜਿਹੜਾ ਜਿਹੜਾ ਇਹ ਮਾਈਨ ਕਰਨ ਦਾ ਤਰੀਕਾ ਹੁੰਦਾ ਜਿਹੜਾ ਗਵਰਨਮੈਂਟ ਵੱਲੋਂ ਅਪਰੂਵਡ ਹੈ ਹਾਂਜੀ ਹਾਂਜੀ ਵੀ ਮਤਲਬ ਕਦੋਂ ਤੁਹਾਨੂੰ ਕਹਿੰਦੀ ਹੈ ਵੀ ਥੱਲਿਓਂ ਪੱਟਣੋਂ ਹਟ ਜਾਓਗੇ ਇਹ ਕੋਈ ਲੇਅਰ ਹੀ ਹੁੰਦੀ ਹੈ ਇਹਦੀ ਬਈ ਲੇਅਰ ਹੁੰਦੀ ਹੈ ਇਹਦੀ ਅੱਛਾ ਅਸਲ ਹੁਣ ਤੁਹਾਨੂੰ ਮੈਂ ਦਿਖਾ ਦਿੰਦਾ ਇਹਦੀ ਲੇਅਰ ਹੈ ਇਹ ਹਾਂ ਉਹ ਲੇਅਰ ਤੇ ਹੀ ਆਪਣਾ ਕੰਮ ਚੱਲਦਾ ਇੱਥੋਂ ਇਹ ਖਤਮ ਹੋ ਗਈ ਇਹ ਖਤਮ ਹੋ ਗਈ ਇਹ ਆਪਾਂ ਉਧਰੋਂ ਮਿੱਟੀ ਹਟਾ ਕੇ ਪਾਸੇ ਮਿੱਟੀ ਲਾਤੀ ਅੱਛਾ ਹਾਂ ਇਹ ਮਿੱਟੀ ਪਾਸੇ ਲਾਤੀ ਹੁਣ ਆਪਣੀ ਇਹ ਲੇਅਰ ਹੈ ਇਹ ਆਪਾਂ ਲੇਅਰ ਤੋਂ ਥੱਲੇ ਨਹੀਂ ਜਾਂਦੇ ਗਏ ਆਹ ਲੇਅਰ ਖਤਮ ਹੋ ਗਈ ਇੱਥੇ ਇਹ ਇੱਥੇ ਖਤਮ ਹੋ ਗਈ ਹੈ ਹਾਂ ਆਹ ਲੇਅਰ ਖਤਮ ਹੋ ਗਈ ਆਪਾਂ ਲੇਅਰ ਤਾਂ ਹੀ ਮਾਲ ਚੱਕਣਾ ਆਹ ਮਿੱਟੀ ਹੈ ਜਿਹੜੀ ਆਪਾਂ ਹਟਾ ਦੇਣੀ ਹੈ ਪਾਸੇ ਆਹ ਲੇਅਰ 'ਚ ਹੀ ਆਪਾਂ ਮਾਲ ਹੀ ਚੱਕਣਾ ਬਸ ਇਹ ਕੁਆਲਿਟੀ ਆਪਾਂ ਨੂੰ ਪਤਾ ਲੱਗਦੀ ਹੈ 70% ਕੁਆਲਿਟੀ ਹੈਗੀ ਅੱਛਾ ਆਹ 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 ਜਿਹੜਾ ਜਿਪਸਮ ਪਿਆ ਹਾਂਜੀ ਹਾਂਜੀ ਇਹ ਜਿਪਸਮ ਸਾਰੀਆਂ ਜ਼ਮੀਨਾਂ ਥੱਲੇ ਨਹੀਂ ਗਾ ਨਹੀਂ ਟਾਂਗੀਆਂ ਥੱਲੇ ਕੋਈ ਟਾਂਗੀਆਂ ਵਿਰਲੀਆਂ ਜ਼ਮੀਨਾਂ ਥੱਲੇ ਹੀ ਹੈ ਠੀਕ ਹੈ ਬਈ ਠੀਕ ਹੈ ਤੇ ਇਹ ਇਹ ਬਈ ਹੈ ਜ਼ਿਮੀਂਦਾਰ ਦੀ ਆ ਪੈਲੀ ਇਹ ਹਾਂ ਹਾਂ ਜ਼ਿਮੀਂਦਾਰਾਂ ਦੀ ਪੈਲੀ ਤੇ ਇਹ ਮੁੜ ਕੇ ਮਗਰੋਂ ਥੋੜਾ ਪੱਧਰ ਵੀ ਤੁਸੀਂ ਕਰਕੇ ਦੇਣੀ ਹੁੰਦੀ ਹੈ ਪੱਧਰ ਅਸੀਂ ਕਰਕੇ ਦਿੰਨੇ ਕੰਪਿਊਟਰ ਕਰਕੇ ਦਿੰਨੇ ਅਗਲੇ ਨੂੰ ਅੱਛਾ ਉਦੋਂ ਬਾਅਦ ਤੁਸੀਂ ਕੰਪਿਊਟਰ ਕਰਕੇ ਦੇ ਦਿੰਦੇ ਹਾਂਜੀ ਆਹ ਚੱਕਣ ਵਾਲਾ ਪਿਆ ਹਜੇ ਹੈ ਨਾ ਹਾਂ ਬਈ ਆਹ ਚੱਕਣ ਵਾਲਾ ਪਿਆ ਇਹ ਆਪਣੇ ਪੀ ਕੇ ਗੱਟਿਆਂ 'ਚ ਪੈਕਿੰਗ ਹੋ ਗਈ ਇਹਦੀ ਹਾਂ ਆਹ ਜਿਵੇਂ ਜੇ ਸੀ ਬੀ ਨੇ ਉੱਤੋਂ ਨੰਗਾ ਕਰਤਾ ਹੈ ਹਾਂ ਇਹਨੂੰ ਧੁੱਪ ਲੱਗ ਕੇ ਵਧੀਆ ਕੁਆਲਿਟੀ ਵਧੀਆ ਬਣ ਜੂਗੀ ਸੁੱਕ ਜੂਗੀ ਲੈ ਵੀ ਕਿਸਾਨ ਭਰਾਵੋ ਜੇ ਤੁਹਾਨੂੰ ਨਾ ਚਾਹੀਦੀ ਆ ਮਤਲਬ ਜਿਪਸਮ ਚਾਹੀਦੀ ਆ ਜਿੰਨੀ ਵੀ ਚਾਹੀਦੀ ਆ ਚਾਹੇ ਤੁਸੀਂ ਵੇਚਦੇ ਆ ਹਨਾ ਹੋਲਸੇਲਰ ਵੀ ਕਰ ਸਕਦਾ ਹੋਲਸੇਲਰ ਵੀ ਕੰਮ ਕਰ ਸਕਦਾ ਜੇ ਕੋਈ ਆਪਦਾ ਕੰਮ ਕਰਨਾ ਚਾਹਵੇ ਇਸ ਪੱਧਰ ਤੇ ਵੀ ਇਹ ਕਿਸੇ ਨੂੰ ਕੰਮ ਨਹੀਂ ਮਿਲਦਾ ਵੀ ਆਪਾਂ ਕੰਮ ਕਰਨਾ ਚਾਹੁੰਦੇ ਆ ਤੁਸੀਂ ਕੰਮ ਕਰੋ ਆਪਾਂ ਪੇਮੈਂਟ ਦਾ ਉਹਨਾਂ ਨੂੰ ਦੱਸ ਦਿਆਂਗੇ ਵੀ ਉਸ ਹਿਸਾਬ ਨਾਲ ਪੇਮੈਂਟ 3 ਕਿਸ਼ਤਾਂ 'ਚ ਦੇ ਸਕਦਾ ਨਹੀਂ ਜੇ ਕਿਸੇ ਨੇ ਖਾਂ ਨਹੀਂ ਲੈਣੀ ਆ
ਨਹੀਂ ਨਹੀਂ ਆਪਾਂ ਗੱਟਿਆਂ ਦਾ ਕੰਮ ਕਰਨਾ ਜਿੰਨੇ ਗੱਟੇ ਵਿੱਚ, ਅਸੀਂ ਉਹਨਾਂ ਨੂੰ ਉਹ ਰੇਟ ਦੇਵਾਂਗੇ, ਅਗਲਾ ਆਪਦਾ ਡੀਲਰਸ਼ਿਪ ਲੈ ਕੇ ਅਗਲਾ ਦੇ ਸਕਦਾ। ਹਾਂ ਜੇ ਕੋਈ ਬੰਦਾ ਵੇਚ ਸਕਦਾ, ਡੀਲਰ ਬਣਨਾ ਜਿੰਨੇ ਉਹ ਯਾਰ, ਅੱਜ ਕੱਲ੍ਹ ਮੁੰਡੇ ਜਿਵੇਂ ਸੋਸ਼ਲ ਮੀਡੀਆ ਵਾਲੇ ਆ ਯਾਰ, ਪੇਜ ਚੱਲਦੇ ਆ ਸਾਡੇ ਮਹਿਕਮੇ ਵਾਲੇ ਬੰਦੇ ਵੀ ਆ ਜਿਹਦੇ ਨਾਲ 10-100-50 ਬੰਦੇ ਜੁੜੇ ਆ, ਉਹੋ ਜਿਹਾ ਬੰਦਾ ਡੀਲਰਸ਼ਿਪ ਲੈ ਕੇ ਬਹਿ ਜਾਓ ਯਾਰ, 500-700 ਹਜ਼ਾਰ ਗੱਟਾ ਦੇ ਰੱਖ ਕੇ, ਕਿ ਨਹੀਂ ਬਾਈ? ਹਾਂਜੀ ਹਾਂਜੀ। ਉਹ ਜਿਹੜੇ ਮੁੰਡੇ ਯਾਰ ਨਵੇਂ ਸੋਸ਼ਲ ਮੀਡੀਆ 'ਤੇ ਲੱਗੇ ਆ ਯਾਰ, ਮੈਂ ਤਾਂ ਤੁਹਾਨੂੰ ਸਲਾਹ ਦਿੰਦਾ, ਜਿੰਨੇ ਇੰਸਟਾਗ੍ਰਾਮ ਮੁੰਡੇ ਚਲਾਉਂਦੇ ਆ ਤੁਹਾਡੇ ਨਾਲ 50-50 ਹਜ਼ਾਰ ਦਾ ਬੰਦਾ ਜੁੜਿਆ ਵਾ, ਤੇ ਯਾਰ ਤੁਸੀਂ ਕਿਤੇ ਇਹ ਇਹ ਚੀਜ਼ ਦੀ ਲੋੜ ਹਰੇਕ ਜ਼ਿਮੀਂਦਾਰ ਨੂੰ। ਹਾਂ ਹਾਂ ਹੈਂ ਹਾਂਜੀ। ਤੇ ਇਹਦੇ ਲਈ ਕੋਈ ਖਾਦ ਦਾ ਲਾਇਸੈਂਸ ਨਹੀਂ ਲੈਣਾ ਪੈਣਾ, ਇਹਦੇ ਲਈ ਕੋਈ ਦੂਜਾ ਲਾਇਸੈਂਸ ਨਹੀਂ ਲੈਣਾ ਪੈਣਾ। ਹਾਂਜੀ ਹਾਂਜੀ। ਇਹ ਤਾਂ ਦੁਕਾਨ ਵੀ ਵੇਚ ਸਕਦੇ। ਮੇਰੀ ਆਪਣੇ ਬੀਜ ਨਹੀਂ ਉੱਗਰਦੇ, ਅਗਲਾ ਕਹਿੰਦਾ ਪੈਸਟੀਸਾਈਡ ਪਾਓ, ਉਹ ਫਲਾਨੀ ਦਵਾਈ ਆਉਂਦੀ ਜਾਂ ਕੋਈ ਬਾਜ਼ਾਰੂ ਕੈਮੀਕਲ ਆਉਂਦੇ ਆ, ਉਹਨਾਂ ਨੂੰ ਲੱਖ ਗੁਣੇ ਚੰਗੀ ਹੈ, ਬਾਹਰ ਨੂੰ ਦੇਸੀ ਘਿਓ ਵਾਂਗੂ ਲੱਗਣੀ ਹੈ ਇਹ। ਹਾਂ ਰੂੜੀ ਦੀ ਕਿਉਂ, ਪਸ਼ੂ ਤਾਂ ਕੋਈ ਰੱਖਦਾ ਨੀਗਾ, ਕਿਉਂ ਗੋਹਾ ਕਿਸ ਤੋਂ ਸਿੱਟੀ ਦਾ ਨੀ, ਨਾ ਮੇਰੇ ਵਰਗਾ ਸਲੱਗ ਪੱਠੇ ਵੱਢ ਕੇ ਲਿਆਵੇ, ਪਸ਼ੂ ਰੱਖਦਾ ਕੋਈ ਨੀ, ਰੂੜੀ ਜੁੜਦੀ ਨੀ ਤੇ ਹੋਊਗੀ ਤਾਂ ਅਗਲਾ ਕਿੱਲੇ ਚ ਪਾ ਲੈਂਦਾ ਪੱਠੇ ਵਾਲੇ ਚ, ਇਹ ਰੂੜੀ ਵਾਲਾ ਕੰਮ ਕਰ। ਇੱਕ ਵੀਰੇ ਉਹ ਗੱਲ ਦੱਸਿਓ ਵੀ ਜੇ ਪਾਣੀ ਖੜਾ ਹੋਵੇ ਰੇਜ ਵਾਲਾ ਏਰੀਆ ਹੋਵੇ। ਬਾਈ ਜੀ ਜਿਵੇਂ ਸੇਮ ਵਾਲਾ ਆਪਣੇ ਬਹੁਤ ਵੱਡੀ ਸਮੱਸਿਆ ਹੋਰ ਇਲਾਕੇ 'ਚ, ਹਾਂ ਉੱਥੇ ਆਪਣੇ ਪ੍ਰੈਕਟੀਕਲ ਕਰਕੇ ਦੇਖ ਲਿਓ, ਜਿਵੇਂ ਕਿੱਲੇ 'ਚ ਫੁੱਟ ਪਾਣੀ ਠੱਲ ਗਏ ਤੁਸੀਂ, ਇੱਥੇ 6-7 ਗੱਟੇ ਪਾਓਗੇ ਤੜਕੇ ਨੂੰ, ਮਤਲਬ ਉਹ ਪਾਣੀ ਸੋਕਿਆ ਲੱਭੂਗਾ ਤੁਹਾਨੂੰ। ਇਹ ਸਭ ਤੋਂ ਵੱਡਾ ਔਰਗੈਨਿਕ ਬਾਈ ਜੀ ਦਾ, ਹੋਰ ਵੀ ਮਤਲਬ ਸੀਮੈਂਟਡ ਪਲਾਂਟ 'ਚ ਤੋੜਗੜ ਕਿੰਨੀ ਚੁਣਿਆ ਜਾਂਦਾ, ਉਹਨਾਂ ਨੇ ਇੱਕ ਜ਼ਿਮੀਂਦਾਰ ਨੂੰ ਬੈਸਟ ਕੁਆਲਿਟੀ ਦੇਣ ਦਾ ਮਾਰਾ, ਕਿਉਂਕਿ ਅੱਜ ਕੱਲ੍ਹ ਰੇਤਾ ਵੇਚ ਰਿਹਾ ਜਿਪਸਮ, ਜ਼ਿਮੀਂਦਾਰਾਂ ਦਾ ਵਿਸ਼ਵਾਸ ਉੱਟ ਗਿਆ ਉਸ ਤੋਂ, ਅਤੇ ਬਿਲਕੁਲ ਜੋ ਲਾਗਤ ਬੁੱਲਿਆ ਉਸ 'ਤੇ ਦੇ ਰਿਹਾ ਬਾਈ ਜੀ। ਅਤੇ ਖੁਦ ਮੈਂ ਆਪ ਯੂਜ ਕੀਤਾ ਹੋਇਆ ਇਹ 'ਚ, ਆਪਾਂ DAP ਯੂਰੀਆ ਜਿਹੜੀ ਪਾਉਂਦੇ ਹਾਂ ਰੇਹਾਂ ਸਪਰੇਆਂ, ਉਹਨਾਂ ਦੀ ਅੱਧੋ ਵਰਤੋਂ ਰਹਿ ਜਾਂਦੀ ਹੈ। ਉਹ ਕਹਿੰਦੇ ਵੀ ਅੱਜ ਕਿਸਾਨ ਦੇ ਡਬਲ ਖਰਚਾ ਆ ਰਿਹਾ, ਕਿਉਂਕਿ ਇੰਨਾ ਇੰਨਾ ਠੇਕਾ ਭਰ ਰਹੇ ਹੈ, ਉੱਤੋਂ ਆਹ ਖਰਚਾ ਹੈ ਫਸਲ 'ਤੇ, ਆਹ ਪਾਉਂਗੇ ਤਾਂ ਇਹਦੀ ਅੱਧੀ ਖਰਚਾ ਆਊਗਾ, ਉਹਨੂੰ ਆਮਦਨੀ ਵਧੂਗੀ ਜ਼ਿਮੀਂਦਾਰ ਦੀ। ਠੀਕ ਆ, ਜ਼ਮੀਨ ਬਣੂਗੀ। ਹਾਂ ਜ਼ਮੀਨ ਨਹੀਂ, ਵੀ ਆਪਣੇ ਕਣਕ ਖੜੀ ਹੈ, ਬਹੁਤ ਸੋਹਣੀ ਖੜੀ ਹੈ, ਸਰੋਂ ਖੜੀ ਹੈ, ਬਿਲਕੁਲ ਦੋ ਪਾਣੀਆਂ 'ਤੇ ਖੜੀ ਹੈ, ਅਤੇ ਪੰਜਾਬ ਦੇ ਏਰੀਏ ਨੂੰ ਫੇਲ ਕਰਦਾ, ਮਤਲਬ ਇੰਨੀ ਸੋਹਣੀ। ਮੇਰਾ ਨਾਮ ਗੁਰਪਾਲ ਸਿੰਘ, ਆਪਣਾ ਥੋੜ੍ਹਾ ਜਿਹਾ ਪਾਰਟਨਰ 'ਚ ਵੀ ਬਿਜ਼ਨਸ ਹੈਗਾ ਗੁਰਮੀਤ ਭਾਅ ਜੀ ਨਾਲ, ਆਪਣੇ ਮੈਡੀਕਲ ਵਗੈਰਾ ਵੀ ਹੈਗੇ ਕੜਸਾਣੇ ਦੇ ਵਿੱਚ। ਜਿਵੇਂ ਅਸੀਂ ਮਸ਼ਰੂਮ ਦੀ ਖੇਤੀ ਕਰਦੇ ਹਾਂ, ਰਿਸ਼ਤੇਦਾਰ ਆ ਉਹਨਾਂ ਨੂੰ ਮੈਂ ਸੁਜੈਸਟ ਕੀਤਾ ਕਿ ਤੁਸੀਂ ਇਹ ਪਾਓ ਮਸ਼ਰੂਮ ਦੀ ਖੇਤੀ ਦੇ ਵਿੱਚ, ਕਿ ਉਹਨਾਂ ਦਾ ਮਤਲਬ ਐਕੂਰੇਟ ਕਹਿ ਸਕਦੇ ਆ 130% ਰਿਜ਼ਲਟ ਆਇਆ ਐਤਕੀ ਉਹਨਾਂ ਦਾ, ਜਿਵੇਂ ਕਿ ਜਿੰਨਾ ਝਾੜ ਲੈ ਰਹੇ ਸੀ ਉਹਦਾ 1.5 ਗੁਣਾ ਝਾੜ ਆਇਆ ਐਤਕੀ ਜੀ। ਸਭ ਤੋਂ ਵੱਡੀ ਗੱਲ ਇਹ ਹੈ ਜੀ, ਇਹਦਾ ਬੈਨੀਫਿਟ ਅਸੀਂ ਕੌਨਫੀਡੈਂਸ ਨਾਲ ਕਹਿ ਸਕਦੇ ਹਾਂ ਕਿ ਤੁਹਾਡੀ ਜ਼ਮੀਨ ਐਡੀ ਵਧੀਆ ਬਣ ਜੂਗੀ, ਤੁਹਾਡੇ ਟਰੈਕਟਰ ਸਮੂਥ ਚੱਲਣਗੇ ਉਹਦੇ ਵਿੱਚ, ਤੁਹਾਡੀ ਮਿੱਟੀ ਦਾ ਉਪਜਾਊਪਣ ਵਧੂਗਾ, ਕਿਉਂਕਿ ਬਹੁਤ ਜ਼ਿਆਦਾ ਕੈਮੀਕਲ ਬਾਈ ਜੀ ਘਾਹ ਵਾਲੀਆਂ ਸਪਰੇਆਂ ਯੂਜ ਹੋ ਰਹੀਆਂ ਪੰਜਾਬ ਦੇ ਵਿੱਚ, ਹਬੋਰ ਦੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਦੁਰਗਤੀ ਹੋਈ ਪਈ ਆ ਜ਼ਮੀਨਾਂ ਦੀ, ਪੋਲਿਊਸ਼ਨ ਹੁੰਦਾ ਬਾਅਦ 'ਚ, ਝੋਨਾ ਵੱਢਦੇ ਆ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਬੈਨੀਫਿਟ ਹੈ। ਇੱਕ ਵਾਰੀ ਤੁਸੀਂ ਪਾਉਂਗੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ, ਤੁਹਾਡਾ ਆਪੇ ਰੂਟੀਨ ਆਰਡਰ, ਹੁਣ ਜੋ ਵੀ ਅਸੀਂ ਪਾਇਆ ਲੋਕਾਂ ਨੇ ਉਹਨਾਂ ਦਾ ਰੂਟੀਨ ਆਰਡਰ ਆਪੇ ਆਉਣ ਲੱਗ ਗਿਆ। ਤਾਂ ਕਰਕੇ ਸੋਚਿਆ ਵੀ ਅਸੀਂ ਕੋਈ ਅਗਰ ਇਹਦੇ ਵਿੱਚ ਕੋਈ ਵੱਡਾ ਆੜ੍ਹਤੀ ਆ ਪੰਜਾਬ ਦਾ ਜਾਂ ਗੰਗਾਨਗਰ ਏਰੀਏ ਦਾ, ਹਨੂੰਮਾਨਗੜ੍ਹ ਏਰੀਏ ਦਾ ਡਿਸਟ੍ਰੀਬਿਊਸ਼ਨਸ਼ਿਪ ਲੈਣਾ ਚਾਹੁੰਦਾ, ਤਾਂ ਸਾਡਾ ਉਹਦੇ ਨਾਲ ਰੇਟ ਡਿਸਾਈਡ ਹੋ ਜੂਗਾ ਵੀ ਅਸੀਂ ਤੁਹਾਨੂੰ ਆਹ ਰੇਟ ਪਹੁੰਚ ਕਰਾਂਗੇ, ਤੁਹਾਡੇ ਏਰੀਏ 'ਚ ਤੁਸੀਂ ਹੀ ਵੇਚਣੀ ਹੈ ਡਿਸਟ੍ਰੀਬਿਊਸ਼ਨਸ਼ਿਪ ਲੈ ਕੇ, ਤੁਸੀਂ ਅੱਗੇ ਅਸੀਂ MRP ਡਿਸਾਈਡ ਕਰਾਂਗੇ ਉਹਦੇ ਵਿੱਚ, ਤੁਹਾਡਾ ਜਿੰਨਾ ਮਾਰਜਿਨ ਹੈ ਤੁਹਾਡੇ ਹਿਸਾਬ ਦੇ ਨਾਲ ਵੀ ਇਹਨੂੰ ਆਹ ਰੇਟ ਦੇਣਾ, ਆਪਣਾ ਜਾਣਕਾਰਾਂ ਨੂੰ ਇਹ ਰੇਟ ਦੇਣਾ, ਉਹ ਦੇ ਸਕਦੇ ਹੋ। ਯਾਨੀ ਕਿ ਅਸੀਂ ਕੁੱਲ ਮਿਲਾ ਕੇ ਕਹਿਣਾ ਇਹ ਚਾਹੁੰਦਾ ਬਾਈ ਨੂੰ, ਇੰਨੀ ਦੂਰੋਂ ਅਸੀਂ ਸੱਦਿਆ, ਅਸੀਂ ਰਿਗਾਰਡਸ ਕਰਦੇ ਹਾਂ ਭਾਅ ਜੀ ਦਾ ਕਿ ਇਹਦੇ ਵਿੱਚ ਤੁਸੀਂ ਜੋ ਵੀ ਮਤਲਬ ਕਿ ਅੱਗੇ ਕਰੋਗੇ ਇਹਦਾ ਤੁਹਾਨੂੰ ਬੈਨੀਫਿਟ ਹੀ ਮਿਲੂਗਾ, ਕੋਈ ਵੀ ਕਿਸੇ ਪ੍ਰਕਾਰ ਦੀ ਕਿੰਤੂ ਪਰੰਤੂ ਜਾਂ ਰਿਜ਼ਲਟ ਬੇਕਾਰ ਨਹੀਂ ਆਊਗਾ। ਅਤੇ ਆਹ ਮੇਰੇ ਨਾਲ ਘੋੜੀਆਂ ਵਾਲਾ ਇੱਕ ਮਿੱਤਰ ਖੜਾ, ਘੋੜੀਆਂ ਨੂੰ ਵੀ ਪੈਂਦੀ ਹੈ ਇਹ? ਨਹੀਂ ਜੀ ਘੋੜੀ। ਫਿਰ ਦੱਸ ਫਿਰ ਇਹਦਾ, ਤੂੰ ਤੂੰ ਵੀ ਕੋਈ ਫਾਇਦਾ ਦੱਸ ਦੇ।
ਫਾਇਦਾ ਜਿਵੇਂ ਜੀ ਮਤਲਬ ਕਿ ਇੱਕ ਬੰਦਾ ਸੋਚ ਰੱਖਦਾ ਜਿਵੇਂ ਔਰਗੈਨਿਕ ਖੇਤੀ ਦੀ ਸੋਚ ਰੱਖਦਾ ਬੰਦਾ ਜਿਵੇਂ ਜਗਮੀਤ ਬਾਈ ਨੇ ਦੱਸਿਆ ਜਿਵੇਂ ਰੂੜੀ ਬੰਦਾ ਜ਼ਿਆਦਾ ਅਫੋਰਡ ਨਹੀਂ ਕਰ ਸਕਦਾ ਵੀ ਰੂੜੀਆਂ ਘੱਟ ਹੁੰਦੀਆਂ ਪਸ਼ੂ ਬੰਦੇ ਘੱਟ ਰੱਖਦੇ ਆ ਇਹਨੇ ਰੂੜੀ ਵਾਲਾ ਕੰਮ ਹੀ ਕਰਨਾ ਰੂੜੀ ਵਾਲਾ ਕੰਮ ਹੀ ਕਰਨਾ ਰਿਹਾ ਸਪਰੇਆਂ ਜਿਵੇਂ ਘੱਟ ਮਤਲਬ ਕਿ ਉਹਨਾਂ ਦੀ ਲੋੜ ਆਪਾਂ ਯਾਰ ਕਿਸਾਨ ਰਿਵਿਊ ਵੀ ਲੈ ਲਈਏ ਯਾਰ ਅਸਲ ਦੇ ਵਿੱਚ ਕਿਸਾਨ ਰਿਵਿਊ ਲੈਣਾ ਬਣਦਾ ਆਪਾਂ ਯਾਰ ਰਾਜਸਥਾਨ ਦੀ ਕਣਕ ਦੇ ਵਿੱਚ ਖੜੇ ਆ ਤੇ ਆ ਇਧਰਲੇ ਪਾਸੇ ਯਾਰ ਸਰੋਂ ਆ ਬਾਈ ਯਾਰ ਸਹੀ ਗੱਲ ਦੱਸੀ ਯਾਰ ਹਾਂਜੀ ਇਹ ਜੈਪਸਮ ਪਾਉਣ ਤੋਂ ਪਹਿਲਾਂ ਵੀ ਐਵੇਂ ਫਸਲ ਹੁੰਦੀ ਸੀ ਨਹੀਂ ਜੀ ਪਹਿਲਾਂ ਬਹੁਤ ਫਰਕ ਹੈ ਹਾਂਜੀ ਮੈਂ ਕਾਫੀ ਟਾਈਮ ਤੋਂ ਬਚਪਨ ਤੋਂ ਖੇਤੀ ਕਰਦਾ ਆ ਰਿਹਾ ਇਹ ਮੇਰਾ ਐਕਸਪੀਰੀਅੰਸ ਹੈ ਮੈਂ ਹਰ ਚੀਜ਼ ਦੇ ਨਵੇਂ ਨਵੇਂ ਐਕਸਪੈਰੀਮੈਂਟ ਕਰਦਾ ਰਹਿੰਦਾ ਜੀ ਔਰ ਜਿਹੜੀ ਸਰੋਂ 'ਚ ਮੰਨ ਲਓ ਆਪਾਂ ਜਿਪਸਮ ਪਾਉਂਦੇ ਹਾਂ ਜੀ ਸਰੋਂ ਨੂੰ ਤਾਂ ਇਹਦਾ ਬੈਨੀਫਿਟ ਮਿਲਣਾ ਹੀ ਮਿਲਣਾ ਕਿਉਂਕਿ ਇਹਦੇ 'ਚ ਸਲਫਰ ਗੰਧਕ ਅਤੇ ਕੈਲਸ਼ੀਅਮ ਦੀ ਮਾਤਰਾ ਹੁੰਦੀ ਹੈ ਜਿਹੜੀ ਕਿ ਸਰੋਂ ਨੂੰ ਨਾਲੇ ਤੋਂ ਪਾਲੇ ਤੋਂ ਬਚਾਉਂਦੀ ਹੈ ਨਾਲੇ ਤੇਲ ਦੀ ਮਾਤਰਾ ਵਧਾਉਂਦੀ ਹੈ ਜਿਹੜੀ ਕਿ ਲੈਬ ਜ਼ਿਆਦਾ ਆਉਂਦੀ ਹੈ ਇਸਦੀ ਔਰ ਗਰੋ ਵਾਸਤੇ ਵੀ ਫਸਲ ਨੂੰ ਇਹ ਸਰੋਂ ਨੂੰ ਬਹੁਤ ਉੱਤਮ ਹੈ ਔਰ ਇਸ ਵਾਰ ਕਣਕ 'ਚ ਵੀ ਮੈਂ ਇਹ ਪਾਈ ਹੈ ਜਿਪਸਮ ਔਰ ਜਿਹੜੀ ਕਣਕ 'ਚ ਨਹੀਂ ਪਾਈ ਉਹਦਾ ਤਾਂ ਇਹਦਾ ਰਾਤ ਦਿਨ ਦਾ ਵੱਟਾ ਹੈ ਕਣਕ ਦਾ ਰੰਗ ਦੇਖ ਲਓ ਤੁਸੀਂ ਰੰਗ ਦਾ ਹੀ ਬਹੁਤ ਅੰਤਰ ਹੈ ਔਰ ਕਣਕ ਦੇ ਗਰੋਥ ਦਾ ਵੀ ਅੰਤਰ ਹੈ ਇਹ ਜਿਪਸਮ ਦੇ ਬਹੁਤ ਫਾਇਦੇ ਆ ਮੈਂ ਤਾਂ ਕਿਸਾਨ ਭਰਾਵਾਂ ਨੂੰ ਹਰ ਨੂੰ ਅਪੀਲ ਕਰਨੀ ਚਾਹੂੰਗਾ ਵੀ ਇੱਕ ਵਾਰੀ ਜ਼ਿਆਦਾ ਨਹੀਂ ਤਾਂ ਇੱਕ ਖੱਤੇ 'ਚ ਜ਼ਰੂਰ ਪਾ ਕੇ ਤੁਸੀਂ ਐਕਸਪੈਰੀਮੈਂਟ ਕਰਕੇ ਦੇਖੋ ਜਿਹੜੇ ਖੱਤੇ ਜਿਪਸਮ ਪਾਈ ਆ ਉਸ ਜਿਪਸਮ ਦੀ ਸਰੋਂ ਦੀ ਲੈਬ ਅੱਡ ਕਢਾ ਕੇ ਚੈੱਕ ਕਰੋ ਤੁਸੀਂ ਜੋ ਕਿ ਦੂਸਰੀ ਸਰੋਂ ਦੀ 40% ਲੈਬ ਆਉਂਦੀ ਹੈ ਤਾਂ ਇਹਦੀ 42 ਜ਼ਰੂਰ ਆਊਗੀ ਤਾਂ ਕਿ 200 ਰੁਪਈਆ ਤਾਂ ਆਪਾਂ ਨੂੰ ਕੁਇੰਟਲ ਪਿੱਛੇ ਸਰੋਂ ਦਾ ਹੀ ਰੇਟ ਦਾ ਹੀ ਫਰਕ ਮਿਲੂਗਾ ਜੋ ਕਿ 5 ਕੁਇੰਟਲ ਦਾ ਝਾੜ ਨਿਕਲਦਾ ਤਾਂ 1000 ਰੁਪਈਏ ਦਾ ਸਿੱਧਾ ਫਾਇਦਾ ਹੋ ਗਿਆ ਆਪਾਂ ਨੂੰ ਵਿੱਘੇ ਦਾ ਔਰ ਜ਼ਮੀਨ ਆਪਣੀ ਦੇ ਰੋਮ ਖੋਲਦੀ ਹੈ ਇਹ ਜ਼ਮੀਨ ਪੋਲੀ ਰਹਿੰਦੀ ਹੈ ਜਿਹਦੀ ਵਜ੍ਹਾ ਨਾਲ ਫਸਲ ਨੂੰ ਇੱਕ ਪਾਣੀ ਦੀ ਵੀ ਬੱਚਤ ਕਰਦੀ ਹੈ ਯਾਰ ਮੈਂ ਤੁਹਾਨੂੰ ਮੋਟਾ ਜਿਹਾ ਹਿਸਾਬ ਦੱਸਦਾ ਬਈ ਆਲੂਆਂ ਵਾਲੇ ਬਾਹਣ 'ਚ ਕੋਈ ਫਸਲ ਲਾ ਲਓ ਦੁੱਗਣੀ ਗੱਤ ਪਤਾ ਕਾਹਤੋਂ ਹੋ ਜਾਂਦੀ ਹੈ ਕਿਉਂਕਿ ਆਹ ਸਾਰਾ ਲੱਲੂ ਪੱਲੂ ਉਹ 'ਚ ਪਿਆ ਵਾ ਹੁੰਦਾ ਕੀ ਪੈਂਦਾ ਉਹਦੇ 'ਚ ਸਲਫਰ ਵੱਧ ਪੈਂਦੀ ਆ ਆਲੂਆਂ ਵਾਲੇ 'ਚ ਕੈਲਸ਼ੀਅਮ ਪੈਂਦਾ ਮੈਗਨੀਸ਼ੀਅਮ ਪੈਂਦਾ ਪੋਟਾਸ ਪੈਂਦੀ ਆ ਠੀਕ ਹੈ ਕਿ ਨਹੀਂ ਤਾਂ ਉਹ ਸਾਰੇ ਤੱਤ ਪਏ ਵੇ ਹੁੰਦੇ ਆ ਜਦੋਂ ਆਲੂਆਂ ਵਾਲੇ 'ਚ ਆਪਾਂ ਹੋਰ ਫਸਲ ਬੀਜਦੇ ਆ ਉੱਬਲਦੀ ਤੁਰੀ ਆਉਂਦੀ ਆ ਅਗਲਾ ਕਹਿੰਦਾ ਆਲੂਆਂ ਵਾਲੇ ਬਾਹਣ 'ਚ ਅਗਲੇ ਸਾਲ ਕਣਕ ਲਾ ਲਾ 60 ਮਣ ਤੋਂ ਟੱਪ ਜਾਂਦੀ ਉਹਦਾ ਕਾਰਨ ਕੀ ਆ ਉਹ 'ਚ ਆਹਾ ਸਾਰਾ ਲੱਲੂ ਪੱਲੂ ਪਿਆ ਵਾ ਹੁੰਦਾ ਤਾਂ ਯਾਰ ਜੇ 4-4 ਗੱਟੇ ਚੰਗੇ ਬਾਹਣ ਵਾਲਾ ਵੀ ਪਾ ਲਊ ਕੋਈ ਬਾਹਲਾ ਫਰਕ ਨਹੀਂ ਗਾ ਜੇ ਕਿਸੇ ਦਾ ਬਾਹਣ ਹੈਗਾ ਅਤੇ ਕੋਈ NRI ਭਰਾ ਹੈ ਜਿਹਨੂੰ ਫਿਕਰ ਆ ਵੀ ਯਾਰ ਸਾਡਾ ਬਾਹਣ ਠੇਕੇ 'ਤੇ ਲੱਗੀ ਜਾਂਦਾ ਲਗਾਤਾਰ ਦਾਬ ਨਾ ਜਾਵੇ ਤਾਂ ਇਕਤੀ 4-4 ਗੱਟੇ ਆਹ ਪਵਾ ਦਿਓ ਹਾਂਜੀ ਹਾਂਜੀ ਸਹੀ ਹੈ ਨਾ ਬਾਈ ਗੱਲ ਹਾਂਜੀ ਅਤੇ ਜਿਹੜੇ ਚੰਗੇ ਬਾਹਣ ਵਾਲੇ ਉਹ 4-4 ਪਵਾ ਦਿਓ ਹਾਂਜੀ ਹਾਂਜੀ ਹਾਂ ਪਰਸੈਂਟੇਜ ਬਾਈ ਬਾਈ ਕੋਈ ਪਰਸੈਂਟੇਜ ਆਉਂਦਾ ਕੋਈ ਹਾਂ ਕੈਲਸ਼ੀਅਮ ਦੇ ਵਿੱਚ ਆਪਣਾ 23% ਹੈ ਜੀ 23% ਕੈਲਸ਼ੀਅਮ ਹੈ ਅਤੇ ਆਪਣਾ ਸਲਫਰ ਹੈਗਾ ਇਹਦੇ ਵਿੱਚ 17% ਸਲਫਰ 17% ਅਤੇ 23 ਅਤੇ 17 ਹੋ ਗਿਆ 40% ਹਾਂ ਅਤੇ ਬਾਕੀ ਆਪਣਾ ਰਿਪੋਰਟ ਤਾਂ ਤੁਹਾਨੂੰ ਦਿਖਾਈ ਦੇਵਾਂਗੇ ਉਹਦੇ 'ਚ ਉਵੇਂ ਉਸ ਹਿਸਾਬ ਨਾਲ ਹੈਗਾ ਹੀ ਹੈ ਹਾਂ ਬਾਕੀ ਕੋਈ ਬੰਦਾ ਯਾਰ ਰਿਪੋਰਟ ਕਰਾ ਲਏ ਇਹਦੇ ਵਿੱਚੋਂ ਕੁਛ ਨਾ ਕੁਛ ਹੈਗਾ ਹੀ ਆ ਸਾਰਿਆਂ ਨੂੰ ਜਿਪਸਮ ਬਾਰੇ ਵੈਸੇ ਵੈਸੇ ਜਾਣਕਾਰ ਜ਼ਿਆਦਾ ਦੇਣ ਦੀ ਲੋੜ ਨਹੀਂ ਮੈਂ ਤੁਹਾਨੂੰ ਉਹ ਬੰਦਾ ਮਿਲਾ ਰਿਹਾ ਜਿਹੜਾ ਬਸ ਸਿੱਧੀ ਖਾਣ ਦੇ ਵਿੱਚ ਆਉਣਾ ਤੁਸੀਂ ਇੱਥੇ ਫੋਨ ਕਰੋ ਆਰਡਰ ਕਰੋ ਟਰੱਕ 2-3 ਟਰੱਕ ਜਿੰਨੇ ਚਾਹੀਦੇ ਇੱਥੋਂ ਮਿਲ ਜਾਣੇ ਹਾਂ ਅਤੇ ਕਦੇ ਐਂ ਤਾਂ ਨਹੀਂ ਹੋਊਗਾ ਵੀ ਬੰਦਾ ਇੱਥੇ ਆਰਡਰ ਕਰੇ ਇੱਥੋਂ ਜ਼ਿਮੀਂਦਾਰ 5-7 ਟਰੱਕ ਭਰਾ ਲੈਣ ਮੁੜ ਕੇ ਤੁਸੀਂ ਕਹੋ ਸਾਡੇ ਕੋਲ ਤਾਂ ਹੈ ਨਹੀਂ ਨਹੀਂ ਬਈ ਐਂ ਨਹੀਂ ਹੁੰਦਾ ਹਾਂ ਆਪਣੀ ਲੇਬਰ ਇੱਥੇ ਹੁਣ ਸੀਜ਼ਨ ਆ ਜਾਊਗਾ ਜਿਵੇਂ ਆਪਣਾ ਫਸਲ ਵੱਢ ਲਈ ਪਾਉਣ ਦਾ ਤਰੀਕਾ ਵੀ ਦੱਸਦਾ ਫਸਲ ਵੱਢ ਲਈ ਫਸਲ ਵੱਢ ਕੇ ਇਹਨੂੰ ਪਾ ਦਿਓ ਵਾਹਣ 'ਚ ਰਲਾ ਦਿਓ ਉੱਤੋਂ ਪਾਣੀ ਲਾ ਦਿਓ ਅਤੇ ਪਾਣੀ 'ਚ ਜਦੋਂ ਵਾਹਣ 'ਚ ਰਲ ਗਈ ਇਹਨੇ ਫਸਲ ਆਪਾਂ ਬੀਜਤੀ ਉਦੋਂ ਬਾਅਦ ਇਹਨੇ ਕੰਮ ਦਿਖਾਉਣਾ ਚਾਲੂ ਕਰ ਦੇਣਾ ਚਾਲੂ ਕਰ ਦੇਣਾ ਅਤੇ ਜਿਹੜੀ ਹੈਗੀ ਆ ਇੱਥੋਂ ਇਹਨਾਂ ਕੋਲ ਮਾਈਨ ਬਹੁਤ ਵੱਡੀ ਹੈ ਜੇ ਪਰ ਇਹਨੂੰ ਨਿਗਾਹ ਮਾਰੂੰ ਤਾਂ ਬਹੁਤ ਵੱਡੀ ਮਾਈਨ ਆ ਹੈਂ ਅਤੇ ਹੋਰ 2-3 ਮਾਈਨਾਂ ਹੈਗੀਆਂ ਮਤਲਬ
ਹੁਣ ਜਿਵੇਂ ਤੁਹਾਡੀ ਇੱਥੋਂ ਜਿੱਥੋਂ ਤਾਂ ਨਿਗਾਹ ਜਾਂਦੀ ਹੈ ਆਪਣੀ ਸਾਰੀਆਂ ਆਪਣੀਆਂ ਮਾਈਜ਼ਾਂ ਲੀਜ਼ਾਂ ਲਈਆਂ ਹੋਈਆਂ ਆਪਣੀਆਂ ਆਪਦੀਆਂ ਲਈਆਂ ਹੋਈਆਂ ਉਹ ਜਿਹੜੀਆਂ ਜੇਸੀਬੀਆਂ ਉਹ ਟਰੈਕਟਰ ਆਪਣੇ ਚੱਲੀ ਜਾਂਦੇ ਆ ਜੇਸੀਬੀ ਟਰੈਕਟਰ ਆਪਣੇ ਚੱਲੀ ਜਾਂਦੇ ਹਾਂ ਬਈ ਮਤਲਬ ਕਹਿਣ ਤੋਂ ਭਾਵ ਇਹੋ ਜਿਹੀਆਂ 3-4 ਮਹੀਨਾ ਹੋਰ ਆ ਵੀ ਜਿੰਨਾ ਮਰਜ਼ੀ ਮਾਲ ਮੰਗਾਉਣਾ ਉਨਾ ਮੰਗਾ ਲਓ ਯਾਰ ਮਾਲ ਨਹੀਂ ਮੁੱਕਦਾ ਬਈ ਮਾਲ ਨਹੀਂ ਮੁੱਕਦਾ ਵੀਡੀਓ ਸ਼ੇਅਰ ਕਰ ਦਿਓ ਬਾਈ ਕਿਸਾਨ ਵੀਰਾਂ ਤੱਕ ਪਹੁੰਚਦੀ ਕਰੋ ਜਿਉਂਦੇ ਰਹੋ।